ਵੀ ਆਪਾਂ ਜਿਹੜੀ ਕਹਿੰਦੇ ਐਮ ਐਸ ਪੀ ਦੀ ਲੜਾਈ ਆ, ਲੜਾਈ ਇੱਕ ਛੋਟੀ ਜਿਹੀ ਤਾਂ ਲੜਾਈ ਹੈ ਨਹੀਂ ਗੀ। ਕੁਛ ਰਣਨੀਤੀਆਂ ਹੁੰਦੀਆਂ ਨੇ, ਠੀਕ ਆ, ਸਾਰੀਆਂ ਸਾਹਮਣੇ ਵੀ ਨਹੀਂ ਹੁੰਦੀਆਂ, ਜੋ ਆਉਣ ਵਾਲੀਆਂ 29 ਤਰੀਕ ਨੂੰ ਆ, ਠੀਕ ਆ ਨਾ, ਦੇਖੋ ਕੀ ਰਣਨੀਤੀ ਆਉਂਦੀ ਆ ਅਤੇ ਉਹ ਸਾਹਮਣੇ ਆਜੂਗੀ। ਪਰ ਅਸੀਂ ਦਿੱਲੀ ਜਾ ਕੇ ਰਹਾਂ, ਤੁਹਾਨੂੰ ਗੋਰਿਆਂ ਤੋਂ ਆਜ਼ਾਦ ਕਰਾਉਣ ਲਈ ਵੀ ਪੰਜਾਬ ਹੀ ਬੋਲਿਆ ਸੀਗਾ, ਕੋਈ ਹੋਰ ਨਹੀਂ ਬੋਲਿਆ ਸੀ। ਜੇ ਅੱਜ ਖੜਾ, ਅੱਜ ਵੀ ਪੰਜਾਬ ਹੀ ਬੋਲ ਰਿਹਾ। ਇਹ ਹੈਗੀ ਗੋਰਿਆਂ ਦੇ ਪਿੱਠੂ ਨੇ, ਇਹ ਗੋਰਿਆਂ ਦੇ ਪਿੱਠੂ ਨੇ, ਇਹ ਲਟੇਰੇ ਨੇ ਜਿਹੜੇ ਆਪਣੇ ਦੇਸ਼ ਨੂੰ ਲੁੱਟ ਰਹੇ ਨੇ, ਇਹ ਤਾਂ ਆਪਾਂ ਨੂੰ ਖਿਤਾਬ ਦੇਣਗੇ ਹੀ। ਪਹਿਲਾਂ ਵੀ ਬਹੁਤ ਚੀਜ਼ਾਂ ਬੋਲਦੀਆਂ, ਪਹਿਲਾਂ ਵੀ ਮੁਰਗੀ ਅਤੇ ਬੱਕਰੀ ਦੇ ਬਹੁਤ ਮੁਆਵਜ਼ੇ ਦੇ ਤੇ ਗੱਲਾਂ ਕਹਿਣ ਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ, ਅਤੇ ਮੈਂ ਹਾਂ ਗਗਨਦੀਪ ਸਿੰਘ। ਪਹੁੰਚਿਆ ਛੰਬੂ ਬਾਰਡਰ ਦੇ ਉੱਤੇ, 13 ਫਰਵਰੀ ਦੀ ਕਾਲ ਸੀ, ਦਿੱਲੀ ਚੱਲੋ ਦਾ ਹੋਕਾ ਦਿੱਤਾ ਗਿਆ ਸੀ। ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਬਾਰਡਰਾਂ ਦੇ ਉੱਤੇ ਬੈਰੀਕੇਡਿੰਗ ਕਰ ਦਿੱਤੀ ਗਈ, ਕਿਸਾਨਾਂ ਦੇ ਉੱਤੇ ਤਸ਼ੱਦਦ ਵੀ ਜੇ ਕਹੀਏ ਤਾਂ ਕੀਤਾ ਗਿਆ, ਅਥਰੂ ਗੈਸ ਦੇ ਗੋਲੇ ਦਾਗੇ ਗਏ। ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ, ਜਿਸ ਦੀ ਗੋਲੀ ਦੇ ਨਾਲ ਮੌਤ ਹੋ ਜਾਂਦੀ ਹੈ, ਕੁਝ ਬਜ਼ੁਰਗ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਵੀ ਮੌਤ ਹੋ ਰਹੀ ਹੈ। ਸੋ ਹੁਣ ਜਿਹੜਾ 29 ਫਰਵਰੀ ਤੱਕ ਜਿਹੜਾ ਕਿਸਾਨ ਆਗੂਆਂ ਦੇ ਵੱਲੋਂ ਮੋਰਚਾ ਜਿਹੜਾ ਥੋੜ੍ਹਾ ਸਥਗਿਤ ਕੀਤਾ ਗਿਆ, ਗੱਲਬਾਤ ਕਰਦੇ ਹਾਂ। ਇੱਥੇ ਸਾਡੇ ਨਾਲ ਨੌਜਵਾਨ ਮੌਜੂਦ ਨੇ ਛੰਬੂ ਬਾਰਡਰ ਦੇ ਉੱਤੇ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਆਪਣਾ ਨਾਮ ਅਤੇ ਜਥੇਬੰਦੀ ਦੱਸ ਦਿਓ। ਮੇਰਾ ਨਾਂ ਜੀ ਗੁਰਿੰਦਰ ਸਿੰਘ ਬੰਧੇਰ, ਮੈਂ ਪੱਖੋਲ ਬਲਾਕ ਤੋਂ, ਲੁਧਿਆਣਾ ਜ਼ਿਲ੍ਹਾ ਪੱਖੋਲ ਬਲਾਕ ਤੋਂ, ਅਮੀਤ ਪ੍ਰਧਾਨ ਸਿੱਧੂਪੁਰ ਜਥੇਬੰਦੀ ਦਾ। ਅਤੇ ਜਿਵੇਂ ਮਾਹੌਲ ਵੇਖ ਰਹੇ ਹੋ ਅੰਦੋਲਨ ਨੂੰ ਲੈ ਕੇ, ਸਰਕਾਰ ਦਾ ਰਵੱਈਆ ਕਿਸਾਨਾਂ ਦੇ ਨਾਲ, ਇਹ ਜਿਹੜਾ ਪੂਰਾ ਇਸ ਰਵੱਈਏ ਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ ਜੀ, ਇਹ ਜਿਹੜੀ ਵੀ ਲੜਾਈ ਆ, ਵੀ ਆਪਾਂ ਜਿਹੜੀ ਕਹਿੰਦੇ ਐਮ ਐਸ ਪੀ ਦੀ ਲੜਾਈ ਆ, ਲੜਾਈ ਇੱਕ ਛੋਟੀ ਜਿਹੀ ਤਾਂ ਲੜਾਈ ਹੈ ਨਹੀਂ ਗੀ। ਜਿਹੜੀਆਂ ਆਪਣੀਆਂ WTO ਦੀਆਂ ਨੀਤੀਆਂ ਨੇ, ਇਹ ਸਾਰੀ ਆਪਣਾ ਜਿਹੜਾ ਸਾਰਾ ਸਿਸਟਮ ਆ, 7 ਸਮੁੰਦਰੋਂ ਪਾਰ ਉੱਥੋਂ ਲਾਗੂ ਹੋ ਕੇ ਆਪਣੇ ਇੱਥੇ ਆਉਂਦਾ, ਵੀ ਇਹ ਲੜਾਈ ਵੀ ਇੱਕ ਦੇਖਣ ਨੂੰ ਇੱਕ ਛੋਟੀ ਜਿਹੀ ਲੱਗਦੀ ਆ, ਲੜਾਈ ਬਹੁਤ ਵੱਡੀ ਆ। ਵੀ ਆਪਾਂ ਕਹਿ ਦਈਏ ਆਪਾਂ ਵੀ ਹਫ਼ਤਾ, ਆਪਾਂ ਨੂੰ 10-12 ਦਿਨ ਹੋ ਗਏ ਉਰੇ ਬੈਠਿਆਂ ਨੂੰ, ਵੀ ਆਪਾਂ ਛੰਬੂ ਬਾਰਡਰ 'ਤੇ ਬੈਠੇ ਹਾਂ। ਆਪਣਾ ਜਿਹੜਾ ਮੁਗਲਾਂ ਅੰਦੋਲਨ ਚੱਲਿਆ ਸੀ, ਉਦੋਂ ਆਪਾਂ 3 ਮਹੀਨੇ ਦੇ ਤਕਰੀਬ ਆਪਾਂ ਪੰਜਾਬ 'ਚ ਤਿਆਰੀਆਂ ਕਰੀਆਂ, ਫਿਰ ਆ ਗਏ ਆਪਾਂ ਛੰਬੂ ਬਾਰਡਰ ਨਾ ਤੋੜਿਆ। ਹਜੇ ਤਾਂ ਆਪਾਂ ਨੂੰ ਹੋਈ 10-12 ਦਿਨ ਆ ਵੀ ਜਿੰਦੇ ਕਿ ਆਪਾਂ ਤਿਆਰੀ ਕਰੀ ਆ, ਵੀ ਉਸ ਅਕੋਰਡਿੰਗ ਐਸ ਵੀਰੀ ਆਪਣਾ ਮਾਹੌਲ ਵੀ ਉਦੋਂ ਪਹਿਲਾਂ ਜ਼ਿਆਦਾ ਮਗਿਆ, ਅਤੇ ਉਦੋਂ ਲੜਾਈ ਵੀ ਸਾਰੀਆਂ ਸਟੇਟਾਂ 'ਚ ਜਿੰਨੀਆਂ ਜੁੜੀਆਂ ਨੇ 17-18 ਉਹਨਾਂ 'ਚ ਲੜਾਈ ਵੀ ਮਗੀ ਆ, ਵੀ ਆਪਾਂ ਇਸ ਵੇਲੇ ਤਾਂ ਹੋਰ ਉਦੋਂ ਵੀ ਵੱਧ ਤਕੜੇ ਹੋ ਕੇ ਲੜਾਈ ਲੜਾਂਗੇ ਉਹਦੀ ਪੂਰੀ। ਪਰ ਜਿਹੜੇ ਹਿਸਾਬ ਨਾਲ ਪਿਛਲੇ ਵਾਰ ਦੇ ਨਾਲ ਹੁਣ ਦੇ ਇਸ ਅੰਦੋਲਨ ਨੂੰ ਕੰਪੇਅਰ ਕੀਤਾ ਜਾਵੇ, ਛੰਬੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਪਿਛਲੀ ਵਾਰੀ ਨਹੀਂ ਹੈਵੀ ਨਹੀਂ ਸੀ ਜਿੰਨੀ ਇਸ ਵਾਰ ਹੈਵੀ ਹੋ ਗਈ, ਅਤੇ ਜਿੰਨਾ ਇਸ ਵਾਰ ਸਖਤੀ ਜਿਹੜੀ ਆ ਕਿਸਾਨਾਂ ਦੇ ਉੱਤੇ ਵਰਤੀ ਗਈ ਆ, ਕੀ ਲੱਗਦਾ ਕਿ ਦਿੱਲੀ ਚੱਲੋ ਵਾਲਾ ਕੂਚ ਜਿਹੜਾ ਸਫ਼ਰ ਰਹੇਗਾ? ਹਾਂਜੀ, ਜ਼ਰੂਰ ਸਫ਼ਰ ਰਹੇਗਾ ਜੀ। ਹਾਂ, ਉਹ ਤਾਂ ਹੈ ਵੀ ਇੱਕ ਪਾਸੇ ਇਹਨਾਂ ਨੇ ਸਖਤੀ ਕਰੀ ਆ, ਪਰ ਆਪਾਂ ਵੀ ਫਿਰ ਵੀ ਆਪਾਂ ਵੀ ਉਸ ਅਕੋਰਡਿੰਗ ਆਪਣੇ ਆਗੂ ਨੇ ਜਿਹੜੇ ਵੀ ਆਪਣਾ ਵੀ ਬਚਾਅ ਭਾਲਦੇ ਨੇ, ਵੀ ਆਪਣੇ ਵੀ ਜ਼ਿਆਦਾ ਨੁਕਸਾਨ ਨਾ ਹੋਵੇ ਜੇ ਬੈਰੀਗੇਡ ਤੋੜਨੇ ਹੁਣ, ਜੇ ਪੂਰਾ ਹੈ ਨਾ ਆਪਾਂ ਮਿਥਕੀ ਚਲੇ ਜਾਈਏ, ਚਾਹੇ 100 ਬੰਦਾ ਹੀ ਹੋਈਏ, ਠੀਕ ਆ, ਉੱਧਰ ਕਹਿੰਦਾ 150 ਬੰਦਾ ਹੋਊ, ਇੱਕ ਪੁਲ 'ਤੇ ਖੜਾ ਹੋਊਗਾ, 100 ਬੰਦਾ ਹੀ ਚਲੇ ਜਾਈਏ, ਆਪਾਂ ਕਰ ਲਵਾਂਗੇ ਕੁਛ ਗੱਲ ਆਇਆ, ਵੀ ਇੱਕ ਪਾਸੇ ਐਂ ਹੁੰਦਾ ਵੀ ਆਪਾਂ ਆਪਦੇ ਬੰਦਿਆਂ ਦਾ ਨੁਕਸਾਨ ਵੀ ਨਾ ਕਰਾਈਏ, ਹੈ ਨਾ, ਵੀ ਕੁਛ ਰਣਨੀਤੀਆਂ ਹੁੰਦੀਆਂ ਨੇ, ਠੀਕ ਆ, ਸਾਰੀਆਂ ਸਾਹਮਣੇ ਵੀ ਨਹੀਂ ਹੁੰਦੀਆਂ, ਜੋ ਆਉਣ ਵਾਲੀਆਂ 29 ਤਰੀਕ ਨੂੰ ਆ, ਠੀਕ ਆ ਨਾ, ਦੇਖੋ ਕੀ ਰਣਨੀਤੀ ਆਉਂਦੀ ਆ ਅਤੇ ਉਹ ਸਾਹਮਣੇ ਆਜੂਗੀ। ਪਰ ਅਸੀਂ ਦਿੱਲੀ ਜਾ ਕੇ ਰਹਾਂਗੇ। ਵੀਰੇ ਇੱਕ ਗੱਲ ਆ, ਪ੍ਰੋਪੋਗੰਡਾ ਇੱਕ ਮੀਡੀਆ ਦੇ ਉੱਤੇ ਚਲਾਇਆ ਜਾਂਦਾ, ਸੋਸ਼ਲ ਮੀਡੀਆ 'ਤੇ ਚਲਾਇਆ ਜਾਂਦਾ ਕਿ ਇਹ ਕਿਸਾਨ ਨੇਗੇ, ਜਦੋਂ ਵੀ ਕੋਈ ਅੰਦੋਲਨ ਉੱਠਦਾ ਪੰਜਾਬ ਦੇ ਮੂਹਰੇ ਹੋ ਕੇ ਜਦੋਂ ਚੱਲਦੇ ਆ, ਅਤੇ ਦੂਸਰੇ ਪਾਸੇ ਇੱਕ ਪ੍ਰੋਪੋਗੰਡਾ ਜੀ ਇਹ ਦੇਸ਼ ਵਿਰੋਧੀ ਨੇ, ਸਿਰਫ ਇਹਨਾਂ ਨੂੰ ਪੰਜਾਬੀਆਂ ਨੂੰ ਹੀ ਦਿੱਕਤ ਹੈ ਇਹਨਾਂ ਬਿੱਲਾਂ ਤੋਂ ਜਾਂ ਇਹਨਾਂ ਕਾਨੂੰਨਾਂ ਤੋਂ ਲੈ ਕੇ, ਕਿਸੇ ਵੀ ਤਰ੍ਹਾਂ ਦੀ ਗਰੰਟੀ ਕਿਤੇ ਵੀ ਜਦੋਂ ਵਿਰੋਧ ਕਰਨਾ ਹੁੰਦਾ ਸਰਕਾਰ ਦੀਆਂ ਨੀਤੀਆਂ ਦਾ, ਅਤੇ ਅੱਗੇ ਮੂਹਰੇ ਹੋ ਕੇ ਚੱਲਦੇ ਆ, ਅਤੇ ਦੇਸ਼ ਵਿਰੋਧੀ ਦਾ ਖਿਤਾਬ ਮਿਲ ਜਾਂਦਾ। ਇਹ ਜੀ ਮੈਂ ਤੁਹਾਨੂੰ ਦੱਸਦਾ ਵੀ
ਹੁਣ 47 'ਚ ਦੇਸ਼ ਦੀ ਆਜ਼ਾਦੀ 'ਚ ਆਪਾਂ ਸਾਰਿਆਂ ਨੂੰ ਵੱਡਾ, ਤੁਹਾਨੂੰ ਪਤਾ ਸਾਰਿਆਂ ਨੂੰ ਵੱਡਾ ਹਿੱਸਾ 90-92% ਕੁਰਬਾਨੀਆਂ ਆਪਣੇ ਪੰਜਾਬੀਆਂ ਦੀਆਂ ਰਹੀਆਂ, ਤਦ ਵੀ ਆਪਾਂ ਹੀ ਮੂਹਰੇ ਰਹੇ ਹਾਂ। ਜੇ ਕੋਈ ਵੀ ਗੱਲ ਦਾ ਆਪਾਂ ਵਿਰੋਧ ਕਰਦੇ ਹਾਂ, ਉਹ ਗੱਲ ਕਹਿੰਦੇ ਆ ਵੀ ਤੁਹਾਨੂੰ ਕੀ ਲੋੜ ਆ, ਵੀ ਹੋਰ ਸਟੇਟਾਂ ਨਹੀਂ ਬੋਲਦੀਆਂ, ਪੰਜਾਬ ਵੀ ਕਾਹਤੋਂ ਬੋਲਦਾ। ਤੁਹਾਨੂੰ ਗੋਰਿਆਂ ਤੋਂ ਆਜ਼ਾਦ ਕਰਾਉਣ ਲਈ ਵੀ ਪੰਜਾਬ ਹੀ ਬੋਲਿਆ ਸੀਗਾ, ਕੋਈ ਹੋਰ ਨਹੀਂ ਬੋਲਿਆ ਸੀ। ਜੇ ਅੱਜ ਖੜਾ, ਅੱਜ ਵੀ ਪੰਜਾਬ ਹੀ ਬੋਲ ਰਿਹਾ, ਜੇ ਕੱਲ੍ਹ ਨੂੰ ਕੋਈ ਹੋਰ ਭੀੜ ਪੈਣੀ ਆ ਦੇਸ਼ 'ਤੇ, ਦੇਸ਼ ਖਾਤਰ ਪੰਜਾਬ ਬੋਲਦਾ, ਠੀਕ ਆ ਨਾ। ਇਹ ਅੱਜ ਸਾਨੂੰ ਖਿਤਾਬ ਦਿੰਦੇ ਅੱਤਵਾਦੀ ਨੇ, ਜੇ ਹੈਗੀ ਗੋਰਿਆਂ ਦੇ ਪਿੱਠੂ ਨੇ, ਇਹ ਗੋਰਿਆਂ ਦੇ ਪਿੱਠੂ ਨੇ, ਇਹ ਲਟੇਰੇ ਨੇ ਜਿਹੜੇ ਆਪਣੇ ਦੇਸ਼ ਨੂੰ ਲੁੱਟ ਰਹੇ ਨੇ, ਇਹ ਤਾਂ ਆਪਾਂ ਨੂੰ ਖਿਤਾਬ ਦੇਣਗੇ ਹੀ, ਠੀਕ ਆ ਨਾ। ਇਹ ਜੇ ਇਹ ਨੇ ਕਦੇ ਖਾਲਿਸਤਾਨੀ ਨੇ, ਬਹੁਤ ਤਰ੍ਹਾਂ ਦੇ ਕਹਿੰਦੇ ਆ, ਕਿਤੇ ਪਰਜੀਵੀ ਨੇ, ਕੁਛ ਬਹੁਤ ਚੀਜ਼ਾਂ ਦੀ ਕਹੀ ਜਾਂਦੇ ਨੇ, ਪਰ ਇਹਨਾਂ ਦੀ ਕੋਈ ਆਪਾਂ ਨੂੰ ਕੋਈ ਹੈ ਨਹੀਂ ਗਾ, ਇਹਨਾਂ ਦਾ ਕੋਈ ਮਤਲਬ ਨਹੀਂ ਜੋ ਕਹਿੰਦੇ ਕਹੀ ਜਾਣ। ਬਿਲਕੁਲ। ਅਤੇ MSP ਦੀ ਗੱਲ ਆਉਂਦੀ ਹੈ, ਪਰ ਜਦੋਂ ਕੇਂਦਰੀ ਮੰਤਰੀਆਂ ਵੱਲੋਂ ਕਿਹਾ ਜਾਂਦਾ ਕਿ ਅਸੀਂ MSP ਦੇ ਉੱਤੇ ਰਾਜੀ ਸਾਂ ਗੱਲਬਾਤ ਕਰ ਲਈ, ਪਰ ਕਿਸਾਨਾਂ ਵੱਲੋਂ ਹੋਰ ਮੰਗਾਂ ਐਡ ਕੀਤੀਆਂ ਗਈਆਂ, ਕਰਜ਼ੇ ਦੀ ਗੱਲ ਕੀਤੀ ਜਾਵੇ ਜਾਂ ਹੋਰ 2-4 ਮੰਗਾਂ ਐਡ ਆਨ ਕੀਤੀਆਂ ਗਈਆਂ ਉਹਨਾਂ ਇਸ ਸੰਘਰਸ਼ ਦੇ ਵਿੱਚ? ਨਹੀਂ ਜੀ, ਉਹ ਤਾਂ ਦੇਖੋ ਗੁੰਮਰਾਹ ਕਰਨ ਵਾਲੀ ਗੱਲ ਆ, ਠੀਕ ਆ ਨਾ। ਜੇ MSP ਦੀ ਜੇ ਗੱਲ ਮੰਨਦੇ, ਹੁਣ MSP 'ਤੇ ਤਾਂ ਇਹ ਕਹਿੰਦੇ ਸੀ ਅਸੀਂ ਕਮੇਟੀ ਬਣਾ ਦਿੰਦੇ ਹਾਂ ਜੀ, 5 ਸਾਲ ਲਈ ਲਾਗੂ ਕਰ ਦਿੰਦੇ ਹਾਂ। ਜੇ ਸਿੱਧੇ ਰਾਹ ਗੱਲ ਕਰਦੇ ਹੋਣ, ਠੀਕ ਆ, ਤਾਂ ਉਹਨਾਂ ਦੀਆਂ ਆਪਦੀਆਂ ਕਹਿਣ ਦੀਆਂ ਗੱਲਾਂ, ਜਿਹੜੀਆਂ ਆਪਣੇ ਆਗੂਆਂ ਦੀਆਂ ਜਿਹੜੀਆਂ ਆਪਣੀਆਂ ਮੰਗਾਂ ਆਪਣੀਆਂ ਰੱਖੀਆਂ ਹੋਈਆਂ ਨਾ, ਆਪਾਂ ਨੂੰ ਪਤਾ ਨਾ ਉਹ ਆਪਦੇ ਕੋਲੋਂ ਮੀਡੀਆ ਉਹਨਾਂ ਦਾ ਸਾਰਾ ਕੁਛ ਉਹਨਾਂ ਦਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੁਛ ਨਾ ਕੁਛ ਕਹਿ ਦਿੰਦੇ ਆ, ਇੱਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਅਜੇ। ਅਤੇ ਜਿਵੇਂ ਹੁਣ ਸੋਸ਼ਲ ਮੀਡੀਆ ਖਾਤਿਆਂ 'ਤੇ ਵੀ ਸਰਕਾਰ ਦੀ ਨਿਗਾਹ ਹੋਈ ਹੈ, ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੋਸ਼ਲ ਮੀਡੀਆ ਖਾਤੇ ਚੱਲ ਜਾਣਗੇ ਫਿਲਹਾਲ। ਚਲੋ ਇੰਟਰਨੈਟ ਵੀ ਸ਼ੰਭੂ ਬਾਰਡਰ ਦੇ ਉੱਤੇ ਚੱਲ ਗਿਆ ਫਿਲਹਾਲ, ਭਾਵੇਂ ਕਿ ਨੈਟਵਰਕ ਘੱਟ ਆ ਰਿਹਾ ਪਰ ਇੰਟਰਨੈਟ ਚੱਲ ਰਿਹਾ। ਦੂਸਰੀ ਗੱਲ ਸਰਕਾਰਾਂ ਦੀ ਚੱਲਦੀ ਹੈ ਕਿ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ, ਪੰਜਾਬ ਦੀ ਹੱਦ, ਕਿਉਂਕਿ ਇੱਕ ਲੋਕਲ ਏਰੀਏ ਦੇ ਵਿੱਚ ਵੀ ਜਦੋਂ ਅਸੀਂ ਡਰੋਨ ਚਲਾਉਣੇ ਹੁੰਦੇ ਆ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ, DC ਦਫ਼ਤਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, SDM ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਪਰ ਜਿਵੇਂ ਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇੱਕ ਸਟੇਟ ਦਾ ਮਸਲਾ ਬਣ ਗਿਆ, ਉੱਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ? ਦੇਖੋ ਜੀ, ਪੰਜਾਬ ਸਰਕਾਰ ਦਾ ਰਵੱਈਆ ਜੋ ਵੀ BJP ਦੀ BTM ਹੀ ਕਹਿ ਲਓ, ਠੀਕ ਆ ਨਾ, ਹੁਣ ਪੰਜਾਬ ਦੇ ਅੰਡਰ ਵਿੱਚ ਆ ਕੇ, ਪੰਜਾਬ 'ਚ ਬੈਰੀਕੇਡ ਲੱਗੇ ਨੇ, ਪੰਜਾਬ ਦੀ ਸਰਹੱਦ ਦੇ ਅੰਦਰ ਲੱਗੇ ਹੋਏ ਨੇ, ਜੋ ਕੁਛ ਹੋਇਆ ਤੁਹਾਡੇ ਸਾਹਮਣੇ ਹੋਇਆ ਨਾ, ਮੁੰਡੇ ਬੋਰੀਆਂ ਚੱਕ ਚੱਕ ਬੋਰੀਆਂ 'ਚ ਪਾ ਕੇ ਲੈ ਗਏ, ਟਰੈਕਟਰਾਂ ਦੀ ਭੰਨ ਤੋੜ ਕਰੀ, ਹੁਣ CM ਸਾਹਿਬ ਦੇਖੋ ਕੀ ਕਰਦੇ ਨੇ, ਸਾਨੂੰ ਤਾਂ ਪਤਾ ਹੀ ਹੈ, ਪਹਿਲਾਂ ਤਾਂ ਹੀ ਪਤਾ ਵੀ ਇਹਨਾਂ ਨੇ ਕਰਨਾ ਕੁਛ ਨਹੀਂ ਹੈਗਾ, ਇਹ ਤਾਂ ਉਹਨਾਂ ਦੇ ਨਾਲ ਨੇ, ਇਹ ਤਾਂ ਜੇ ਆਪਣਾ ਡੰਡਾ ਇੱਥੇ ਪੰਜਾਬ 'ਚ ਜੇ ਕੈੜਾ ਨਹੀਂ, ਇੱਥੇ ਤੱਕ ਆਉਣ ਨੂੰ ਵੀ ਆਪਾਂ ਨੂੰ ਲੜਾਈ ਲੜਨੀ ਪੈਣੀ ਸੀ, ਸ਼ੰਭੂ ਬਾਰਡਰ 'ਤੇ ਜਾਂ ਖਨੌਰੀ ਬਾਰਡਰ 'ਤੇ ਪਹੁੰਚਣ ਲਈ ਵੀ ਆਪਾਂ ਨੂੰ ਪੰਜਾਬ 'ਚ ਪਤਾ ਨਹੀਂ ਕਿੰਨੇ ਕੁ ਨਾਕੇ ਭੰਨ ਕੇ ਆਉਣਾ ਪੈਣਾ ਸੀਗਾ, ਠੀਕ ਆ ਨਾ। ਵੀ ਇਹ ਸਰਕਾਰ ਦਾ ਰਵੱਈਆ ਤਾਂ ਵੀ ਆਪਣੇ ਵਿਰੋਧੀ ਵੀ ਆ, ਇਹ ਸਮਝ ਲਈਏ ਨਾ, ਵੀ ਵਿਰੋਧ 'ਚ ਹੀ ਆ ਜੀ। ਪਰ ਗੱਲ ਕੀਤੀ ਜਾਂਦੀ ਕਿ ਬਹੁਮਤ ਦੇ ਨਾਲ ਜਿਤਾਇਆ, 92 ਸੀਟਾਂ ਦਿੱਤੀਆਂ, ਹੁਣ ਲੋਕ ਸਭਾ ਚੋਣਾਂ ਆ ਰਹੀਆਂ, 13 ਸੀਟਾਂ ਦੀ ਗੱਲ ਕੀਤੀ ਜਾਂਦੀ ਹੈ, ਇੱਕ ਗਰੰਟੀ ਫਿਰ ਦਿੱਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ, ਮੁੱਖ ਮੰਤਰੀ ਹੋਣਾ ਵੱਲੋਂ ਇਹ ਗਰੰਟੀ ਦਿੱਤੀ ਜਾ ਰਹੀ ਹੈ ਕਿ ਤੁਸੀਂ 13 ਸੀਟਾਂ ਦੇ ਦਿਓ ਲੋਕ ਸਭਾ ਦੀਆਂ, ਅਤੇ ਜੇਕਰ ਕੋਈ ਕੇਂਦਰ ਵੱਲ ਬਚਦਾ ਤਾਂ ਉਹ ਮੈਂ ਜ਼ਿੰਮੇਵਾਰ ਹੋਵਾਂਗਾ, ਮੈਂ ਤੁਹਾਨੂੰ ਲੈ ਕੇ ਦੇਵਾਂਗਾ, ਜੇ ਕੋਈ ਕੇਂਦਰ ਪੈਸਾ ਰੋਕਦੀ ਹੈ ਤਾਂ ਉਹਦਾ ਜ਼ਿੰਮੇਵਾਰ ਮੈਂ ਹੋਵਾਂਗਾ। ਇਹ ਤਾਂ ਜੀ ਹੁਣ ਕਹਿਣ ਦੀਆਂ ਗੱਲਾਂ, ਪਹਿਲਾਂ ਇਹਨੂੰ 92 ਆਪਾਂ ਸੀਟਾਂ ਝੋਲੀ 'ਚ ਪਾਈਆਂ, ਆਪਾਂ ਨੂੰ ਕੀ ਮਿਲਿਆ, ਕੀ ਮਿਲਿਆ ਆਪਾਂ ਨੂੰ, ਠੀਕ ਆ ਨਾ, ਸਵਾਏ ਇੱਕ ਚੁਟਕਲਿਆਂ ਤੋਂ ਬਿਨਾਂ ਕੁਛ ਨਹੀਂ ਮਿਲਿਆ। ਹੁਣ 13 ਭਾਲਦਾ 13 ਜੋ ਇਹ 3 ਹੀ ਲੈ ਜਾਣ, ਮੈਂ ਕਹਿੰਦਾ ਉਹ ਬਹੁਤ ਆ, ਵੀ 3 ਸੀਟਾਂ ਹੀ ਇਹ ਆਪ ਲੈ ਲੈਣਾ ਨਾ, ਜਿਹੋ ਜਿਹਾ ਇਹਨਾਂ ਦਾ ਹਾਲ ਹੋਇਆ ਪਿਆ ਪਿੰਡਾਂ 'ਚ। ਅਤੇ ਜਿਵੇਂ ਸ਼ੁਭਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਨੌਜਵਾਨ ਦੀ ਜਾਨ ਜਾਂਦੀ ਹੈ, ਉਹਦੇ 'ਤੇ ਵੀ ਇੱਕ ਜਿਹੜੇ ਕਿਸਾਨ ਆਗੂਆਂ ਵੱਲੋਂ ਤਾਂ ਮੰਗ ਕੀਤੀ ਜਾਂਦੀ ਸੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਉੱਤੇ ਪਰਚਾ ਕੀਤਾ ਜਾਵੇ, ਜੋ ਹੈ ਜੀਂਦ ਦਾ SSP ਆ ਉਹਦੇ 'ਤੇ ਪਰਚਾ ਕੀਤਾ ਜਾਵੇ, ਪਰ 6-7 ਦਿਨ ਹੋ ਗਿਆ ਹਾਲੇ ਤੱਕ ਕੋਈ ਇਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ, ਕਿਵੇਂ? ਇਹ ਤਾਂ ਪੰਜਾਬ ਸਰਕਾਰ ਇੱਕ ਨੌਜਵਾਨ ਦੀ ਸ਼ਹੀਦ ਹੋਏ ਅਤੇ ਉਹਨੂੰ 1 ਕਰੋੜ ਰੁਪਈਆ ਦੇ ਕੇ ਅਤੇ ਇੱਕ ਨੌਕਰੀ ਦੇ ਕੇ, ਇੱਕ ਕਿਹਾ ਹੀ ਆ ਦਿੱਤੀ ਤਾਂ ਹੈ ਨਹੀਂ, ਨਾ ਹਜੇ 1 ਕਰੋੜ ਰੁਪਈਆ ਨਾ ਕੋਈ ਨੌਕਰੀ, ਬੋਲਤਾ
ਪਹਿਲਾਂ ਵੀ ਬਹੁਤ ਚੀਜ਼ਾਂ ਬੋਲਤੀਆਂ, ਪਹਿਲਾਂ ਵੀ ਮੁਰਗੀ ਅਤੇ ਬੱਕਰੀ ਦੇ ਬਹੁਤ ਮੁਆਵਜ਼ੇ ਦੇ ਤੇ ਗੱਲਾਂ ਕਹਿਣ ਦੀਆਂ ਨੇ ਵੀ ਸਾਡਾ ਜਿਹੜਾ ਮੁੰਡਾ ਵੀ ਉਹਦਾ ਹੁਣ ਵੀ ਅਸੀਂ ਕਰੋੜ ਰੁਪਈਆ ਲੈ ਕੇ ਤਾਂ ਮੂੰਹ ਬੰਦ ਕਰਨ ਵਾਲੀ ਗੱਲ ਆ। ਜਿਹੜੀ ਕਾਰਵਾਈ ਬਣਦੀ ਆ ਹਰਿਆਣਾ ਸਰਕਾਰ 'ਤੇ, ਹਰਿਆਣਾ ਪੁਲਿਸ 'ਤੇ ਜਿਹੜੀ ਕਾਰਵਾਈ ਬਣਦੀ ਆ, 307 ਦਾ ਪਰਚਾ ਬਣਦਾ, ਉਹ ਪਰਚਾ ਹੋਣਾ ਚਾਹੀਦਾ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਠੀਕ ਆ ਨਾ, ਜੋ ਇਹਨਾਂ ਨੇ ਪੰਜਾਬ 'ਚ ਆ ਕੇ ਕਰਿਆ ਹੋਣਾ ਚਾਹੀਦਾ। ਸਾਡਾ ਮੁੰਡਾ ਜੋ ਹਰਿਆਣੇ ਪੁਲਿਸ ਚੱਕ ਕੇ ਲੈ ਕੇ ਬੁਰੀ 'ਚ ਪਾ ਕੇ ਉਹਦੀਆਂ ਲੱਤਾਂ ਤੋੜਤੀਆਂ, ਜਵਾੜਾ ਤੋੜਤਾ, ਨੱਕ ਦੀ ਹੱਡੀ ਤੋੜਤੀ, ਉਹਦੇ ਪਏ 'ਤੇ ਉਹਦੇ 307 ਦਾ ਪਰਚਾ ਪਾਤਾ। ਠੀਕ ਆ, ਉਹਦੇ ਦਾ ਪਰਚਾ ਪਾਤਾ, ਜਿਨ੍ਹਾਂ ਨੇ ਕਾਰਵਾਈ ਕਰੀ ਉਹਨਾਂ 'ਤੇ ਪਰਚਾ ਕੌਣ ਪਾਊਗਾ? ਇਹ ਵੀ ਗੱਲ ਬਹੁਤ ਵੱਡੀ ਦੇਖਣ ਵਾਲੀ ਹੈ ਨਾ। ਇੱਥੋਂ ਪਤਾ ਲੱਗਦਾ ਪੰਜਾਬ ਸਰਕਾਰ ਪੂਰੀ ਨਾਲ ਉਹਨਾਂ ਦੇ ਘਿਓ ਖਿਚੜੀ ਵਾਂਗੂ ਨਾਲ ਮਿਲ ਕੇ ਚੱਲ ਰਹੀ ਆ। ਇੱਕ ਆਪਾਂ ਲੋਕਾਂ 'ਤੇ ਦਿਖਾਵਾ ਕਰ ਰਹੀ ਆ, ਹਾਂਜੀ ਅਸੀਂ ਕਿਸਾਨਾਂ ਦੇ ਨਾਲ ਹਾਂ ਜੀ। ਠੀਕ ਆ ਨਾ, ਜਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲ ਪਹੁੰਚੀ ਹੈ, CBC ਜੇ ਚੈਨਲ, CBC ਵਰਗੇ ਚੈਨਲਾਂ ਨੇ ਕਿਸਾਨ ਅੰਦੋਲਨ ਦੀ ਆਵਾਜ਼ ਚੁੱਕੀ ਹੈ, UN ਦੇ ਵਿੱਚ ਸਾਡੀ ਆਵਾਜ਼ ਜਾਂਦੀ ਹੈ, ਪਰ ਕਿਤੇ ਨਾ ਕਿਤੇ ਹਾਈਕੋਰਟ ਦੇ ਵੱਲੋਂ ਇਹ ਗੱਲ ਕਿਸਾਨ ਆਗੂ ਹੁਣ ਕਹੀ ਜਾਂਦੀ ਹੈ ਕਿ ਜਦੋਂ ਅਸੀਂ ਸਾਡੀਆਂ ਇੱਥੇ ਅਦਾਲਤਾਂ ਹੈਗੀਆਂ ਤਾਂ ਸਾਨੂੰ UN ਤੱਕ ਪਹੁੰਚ ਕਰਨ ਦੀ ਕੀ ਜ਼ਰੂਰਤ? ਦੇਖੋ ਜੀ, ਅਦਾਲਤਾਂ ਦੌਲਤਾਂ ਦਾ ਇਹਨਾਂ ਦੇ ਇੱਕ ਭੁਲੇਖੇ ਪਾਲੇ ਹੋਣੇ, ਕਾਹਦੀਆਂ ਅਦਾਲਤਾਂ, ਸਾਰਾ ਕੁਝ ਤਾਂ ਇਹਨਾਂ ਦੇ ਪੱਖ 'ਚ ਆ ਰਿਹਾ। ਠੀਕ ਆ ਨਾ, ਇੱਕ ਲੋਕਾਂ ਨੂੰ ਇੱਕ ਖੜਾਉਣ ਖਾਤਰ ਆ ਜੀ ਹਾਈਕੋਰਟ ਆ, ਸੁਪਰੀਮ ਕੋਰਟ ਆ, ਕੁਛ ਨਹੀਂ ਹੈਗਾ ਬਾਈ ਜੀ, ਸਭ ਕੁਛ ਵਿਕ ਚੁੱਕਿਆ ਇੱਥੇ, ਧੱਜੀਆਂ ਉਡਾਤੀਆਂ ਇਹਨਾਂ ਨੇ ਸਾਰੇ ਕਾਸੇ ਦੀਆਂ, ਕੁਛ ਨਹੀਂ ਹੈਗਾ। ਇਹ ਤਾਂ ਇੱਕ ਲੋਕਾਂ ਨੂੰ ਵਹਿਮ ਪਾਲੇ ਹੋਏ ਨੇ, ਹਾਈਕੋਰਟਾਂ ਖੜੀਆਂ, ਸੁਪਰੀਮ ਕੋਰਟਾਂ ਖੜੀਆਂ, ਕੁਛ ਨਹੀਂ ਹੈਗਾ। ਇਹ ਤਾਂ ਹੁਣ ਯੁੱਧ ਸਿੱਧਮ ਸਿੱਧੀ ਹੋਇਆ ਪਿਆ। ਠੀਕ ਆ, ਉਹਨਾਂ ਨੂੰ ਵੀ ਪਤਾ ਸੀ ਕੀ ਕਰਨ ਜਾ ਰਹੇ ਹਾਂ, ਇੱਧਰ ਕਿਸਾਨਾਂ ਨੂੰ ਵੀ ਪਤਾ ਵੀ ਸਾਡੇ ਨਾਲ ਕੀ ਹੋਣਾ, ਵੀ ਹੁਣ ਕੋਈ ਭੁਲੇਖਾ ਨਹੀਂ ਹੈ ਵੀ ਇਹ ਕੋਈ ਆਪਾਂ ਨੂੰ ਕੋਈ ਵਡਿਆ ਕੇ ਵੀ ਟੋਫੀਆਂ ਦੇ ਕੇ ਵਡਿਆ ਲੂਗਾ। ਹੁਣ ਆਪਾਂ ਨੂੰ ਪਤਾ ਸਾਹਮਣੇ ਲੜਾਈ ਆਪਣੇ ਸਾਹਮਣੇ ਆ, ਉਹਨਾਂ ਨੂੰ ਵੀ ਪਤਾ ਸੀ ਕੀ ਕਰਨਾ, ਆਪਾਂ ਨੂੰ ਵੀ ਪਤਾ ਆਪਾਂ ਕਿਵੇਂ ਲੜਨਾ। ਜਹਾਜ਼ ਫਾਈਟਰ ਜੈੱਟ ਲੰਘਿਆ, ਇੱਕ ਪਿਛਲੀ ਘਟਨਾ ਹੈ ਕਿ ਭਾਰਤ ਸਰਕਾਰ ਦਾ ਏਅਰਫੋਰਸ ਦਾ ਇੱਕ ਜਵਾਨ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਜਹਾਜ਼ ਉਹਦਾ ਡਿੱਗਦਾ, ਜਾਨ ਬਚ ਜਾਂਦੀ ਹੈ, ਕਿਸੇ ਤਰ੍ਹਾਂ ਦੀ ਉਹਨਾਂ ਦੇ ਵੱਲੋਂ ਕੁੱਟਮਾਰ ਨਹੀਂ ਕੀਤੀ ਜਾਂਦੀ, ਹਾਲਾਂਕਿ ਦੇਸ਼ ਦਾ ਇੱਕ ਦੁਸ਼ਮਣ ਵਾਲਾ ਵਤੀਰਾ ਹੈ ਪੂਰਾ ਦੂਸਰੇ ਦੇਸ਼ ਦੇ ਨਾਲ, ਪਰ ਉਹ ਜਿਹੜਾ ਭਾਰਤ ਫੌਜ ਦਾ ਜਵਾਨ ਹੈ ਉਹਨੂੰ ਬੜਾ ਇੱਜ਼ਤ ਦੇ ਨਾਲ ਵਾਪਸ ਕਰ ਦਿੱਤਾ ਜਾਂਦਾ। ਇੱਥੇ ਇੱਕ ਪਾਸੇ ਆਪਣੇ ਦੇਸ਼ ਦੇ ਨਾ ਨੌਜਵਾਨ ਨੇ, ਆਪਣੇ ਦੇਸ਼ ਦੀ ਲਈ ਕੁਰਬਾਨ ਹੋਣ ਵਾਲੇ ਨੌਜਵਾਨ ਆ, ਪਰ ਉਹਨਾਂ ਦੇ ਇਸ ਤਰ੍ਹਾਂ ਉਹਨਾਂ ਨੂੰ ਕੁੱਟਣਾ, ਜਿਸ ਤਰ੍ਹਾਂ ਲੱਤਾਂ ਤੋੜਤੀਆਂ, ਦੋ ਜਗ੍ਹਾ ਤੋਂ ਲੱਤਾਂ ਤੋੜਤੀਆਂ, ਖਨੌਰੀ ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀ ਨਾਲ ਮਾਰ ਦਿੱਤਾ ਜਾਂਦਾ, ਪਾਕਿਸਤਾਨ ਦੇ ਨਾਲ ਬੜਾ ਮਿਲ ਵਰਤਣ ਵਾਲਾ ਵਤੀਰਾ ਹੈ, ਪਰ ਜੇ ਪੰਜਾਬ ਦੇ ਨੌਜਵਾਨ ਕਿਤੇ ਉੱਠ ਕੇ ਸੰਘਰਸ਼ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਨਾਲ ਇੰਨੀ ਸਖਤੀ, ਇੰਨੀ ਕੁੱਟਮਾਰ ਕਿਵੇਂ? ਬਾਈ ਜੀ, ਇਹਨਾਂ ਨੇ ਇਸ ਵਾਰ ਤਾਂ ਜੀ ਆ ਜੋ ਗੱਲਾਂ ਕਰੀਆਂ ਤੋਂ ਸਾਬਤ ਕਰਤਾ ਪੰਜਾਬ ਦੀ ਨੌਜਵਾਨੀ ਨੂੰ, ਤੁਸੀਂ ਸਾਡੇ ਨਹੀਂ ਹੈਗੇ, ਤੁਸੀਂ ਇੱਕ ਵੱਖਰੇ ਹੋ। ਠੀਕ ਆ, ਅਸੀਂ ਵੀ ਵੱਖਰੇ ਹੋਣ ਦਾ ਦਾਅਵਾ ਰੱਖਦੇ ਹਾਂ, ਪਰ ਇਹਨਾਂ ਨੇ ਸਾਬਤ ਕਰਤਾ ਵੀ ਤੁਸੀਂ ਵੱਖਰੇ ਹੋ, ਤੁਹਾਡੇ ਨਾਲ ਅਸੀਂ ਆਹ ਕੁਛ ਕਰਾਂਗੇ। ਠੀਕ ਆ ਨਾ, ਵੀ ਇੱਕ ਪਾਸੇ ਤਾਂ ਪਾਕਿਸਤਾਨ ਦਾ ਬਾਰਡਰ ਦੇਖ ਲਓ, ਇੱਧਰ ਪੰਜਾਬ ਹਰਿਆਣੇ ਦਾ ਦੇਖ ਲਓ। ਠੀਕ ਆ ਨਾ, ਵੀ 24 ਘੰਟੇ ਪੈਰ ਨਿਗਾਹ ਰੱਖਣ ਦਿੰਦੇ, ਜਦੀ ਠਾਹ ਠਾਹ ਹੋਣ ਲੱਗ ਜਾਂਦੀ ਆ ਵੀ ਇਹਨਾਂ ਦਾ ਇਹ ਚਿਹਰਾ ਸਾਹਮਣੇ ਆ ਗਿਆ। ਠੀਕ ਆ, ਟਾਈਮ ਨਾ ਆ ਗਿਆ ਉਹ ਜੀ, ਅਸੀਂ ਲੜਾਈ 19 ਤਿਆਰੀ ਨਾਲ ਵਿੱਢਾਂਗੇ, ਉਦੋਂ ਅਸੀਂ 19 ਤਿਆਰੀ ਨਾਲ ਗਾਂਹ ਵਧਾਂਗੇ। ਠੀਕ ਆ ਨਾ, ਸਾਡੀ ਮੁਕੰਮਲ ਤਿਆਰੀਆਂ ਹੋ ਰਹੀਆਂ, ਜਿੰਨੀਆਂ ਰਹਿੰਦੀਆਂ ਭਾਰਤੀਆਂ ਜਥੇਬੰਦੀਆਂ ਨੇ, ਮਜ਼ਦੂਰ ਆ, ਕੋਈ ਕਰਤੇ ਕੰਮ ਹੈ ਜਿਹੜੇ ਵੀ ਨੇ, ਸਾਰੀਆਂ ਇਕੱਠੀਆਂ ਹੋ ਕੇ ਮੁਲਾਜ਼ਮ ਨੇ ਜਿਹੜੇ, ਵੀ ਅਸੀਂ ਇੱਕ ਮੰਚ 'ਤੇ ਇਕੱਠੇ ਹੋ ਕੇ ਲੜਾਈ ਨੂੰ ਹੋਰ ਸੰਘਰਸ਼ ਨੂੰ ਤਕੜਾ ਕਰਾਂਗੇ। ਪਰ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਦੂਜੀਆਂ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦੀਆਂ 14 ਮੀਟਿੰਗਾਂ ਹੁੰਦੀਆਂ ਕੇਂਦਰੀ ਮੰਤਰੀਆਂ ਦੇ ਨਾਲ, ਖੁਲਾਸਾ ਹੋਇਆ ਇਸ ਚੀਜ਼ ਦਾ ਕਿ ਕੇਂਦਰੀ ਮੰਤਰੀਆਂ ਦੇ ਨਾਲ 14 ਮੀਟਿੰਗਾਂ ਹੁੰਦੀਆਂ, ਉਹ ਕਹਿੰਦੇ ਜੀ ਅਸੀਂ ਇਸ ਮੋਰਚੇ ਦਾ ਸਮਰਥਨ ਨਹੀਂ ਕਰਦੇ। ਕਿਤੇ ਨਾ ਕਿਤੇ ਇਹ ਜਿਹੜੀ ਫੁੱਟ ਆ, ਇਹ ਜਿਹੜੀ ਫੋਟ ਆ, ਉਹਦੇ ਕਾਰਨ ਤਾਂ ਨਹੀਂ ਜਿਹੜੇ ਤਸ਼ੱਦਦ ਇੰਨਾ ਹੋ ਗਿਆ ਕਿਸਾਨਾਂ ਦੇ ਉੱਤੇ? ਮੇਰੇ ਵੀਰ ਜੀ ਟੋਟ ਜਿਹੜੇ ਆ ਕਰਾਂ ਜੰਪ ਪੈਂਦੇ ਆ, ਟੋਟ ਕੇ ਪਾਸੇ ਨਹੀਂ ਆਉਂਦੇ ਜੀ, ਕਿਉਂ ਇਹ ਜੇ ਆਜ਼ਾਦੀ ਆਈ ਹੈ ਇਹ ਲੈਂਦੇ ਆ ਗਦਰੀ ਬਾਬਿਆਂ ਨੇ ਜੀ, ਪਖਸ ਹੋਣਾ ਨੇ, ਜਿੰਨਾ ਆਪਣੇ ਘਰ ਬਾਰ ਸਾਰ ਛੱਡ ਛੱਡੇ ਆ, ਜਿੰਨਾ ਚਤਾਈ ਚਤਾਈ ਸਾਰ ਜੇਲ੍ਹ ਕੱਟੀ ਆ ਗਦਰੀ ਬਾਬਿਆਂ ਨੇ ਜੀ, ਸਾਰੀ ਉਮਰ ਉਹ ਬਾਬੇ ਤਾਂ ਹੀ ਵੱਜਦੇ ਸੀ, ਸਾਰੀ ਉਮਰ ਉਹਨਾਂ ਜੇਲ੍ਹ 'ਚ ਲੰਘੀ ਆ।
ਅਸੀਂ ਉਹਨਾਂ ਹੀ ਵਾਰਸ ਹਾਂ। ਇਹ ਮੋਦੀ ਨਹੀਂ ਕਰ ਰਹੀ ਕਿ ਜੋ ਕਰਦੇ ਵੇਖੀਓ, ਇਹ ਤਾਂ ਚੱਲਦਾ ਹੁੰਦਾ ਕੰਮ, ਇਹ ਤਾਂ ਚੱਲਦੇ ਨਹੀਂ ਦਿੰਦੇ ਆ। ਉਦੋਂ ਜਦੋਂ ਭਗਤ ਸੋਹਣੀ ਦੇ ਗਦਰੀ ਬਾਬੇ ਉੱਠੇ ਸੀ, ਕਹਿੰਦੇ ਮੁੱਠੀ ਭਰ ਲੋਕ ਆ, ਜੇ ਪੁਰਾਣੇ ਬੁੱਢੇ ਸੀ ਉਹਨਾਂ ਦੀ ਗਦਰੀ ਪਾ ਮੁੱਠੀ ਭਰ ਲੋਕ ਆ, ਕੀ ਕਹਿੰਦੇ ਉਹਨਾਂ ਰਾਤ ਸੂਰਜ ਨਹੀਂ ਡੁੱਬਦਾ। ਹੁਣ ਸੂ ਉਹਨੂੰ ਉਹ ਤਰ੍ਹਾਂ ਨੇ ਕਰਾਤਾ ਜਿਹਾ ਸੂਰਜ ਵੇਖੀਦਾ ਹੀ ਨਹੀਂਗਾ। ਪਰ ਬਾਬਾ ਜੀ ਗਦਰੀ ਬਾਬਿਆਂ ਦਾ ਤਾਂ ਮੇਰੇ ਖਿਆਲ 'ਚ ਇਹਨਾਂ ਨੇ ਚੇਤਾ ਹੀ ਭੁਲਾ ਛੱਡਿਆ ਕਿ ਗਦਰੀ ਬਾਬੇ ਵੀ ਪਤਾ ਨਹੀਂ ਇਹਨੂੰ। ਗਦਰੀ ਬਾਬਿਆਂ ਦਾ ਇੱਕ ਰਸਾਲਾ ਉਹਨਾਂ ਹੁੰਦਾ ਸੀ ਗਦਰੀ ਦੀ ਗੂੰਜ, ਉਹ ਪ੍ਰਤਾਸੋ ਕਾਰੋਂ ਬੰਦ ਕਰਾਇਆ ਸੀ ਭਾਈ। ਜੇ ਇਹ ਹੁਣ ਗਾਂ ਬੱਚੇ ਪੜ੍ਹਦੇ ਰਹਿੰਦੇ, ਜੇ ਨਾ ਗਦਰੀ ਗੋਣ ਰਸਾਲਾ ਪੜ੍ਹ ਲੈਂਦੇ ਪਤਾ ਲੱਗ ਜਾਂਦਾ ਜਦ ਹੀ ਲੈਂਦੀ ਕਿੰਨੇ। ਉਹ ਪ੍ਰਤਾਸੋ ਕਾਰੋਂ ਬੰਦ ਕਰਾਇਆ ਸੀ ਗਦਰੀ ਗੂੰਜ ਰਸਾਲਾ, ਪ੍ਰਤਾਸੋ ਕਾਰੋਂ ਬੰਦ ਕਰਾਇਆ ਸੀ ਭਾਈ। ਜੇ ਲੋਕ ਹੁਣ ਪੜ੍ਹਦੇ ਰਹਿੰਦੇ, ਜੇ ਲੋਕ ਰਸਾਲਾ ਪੜ੍ਹ ਲਿਆ ਵੀ ਇਹ ਆਜ਼ਾਦੀ ਆਈ ਕਿੱਥੋਂ, ਆਜ਼ਾਦੀ ਲੈਂਦੀ ਕਿੰਨੇ, ਇਹ ਲੋਕਾਂ ਦੂਜੇ ਪਾਸੇ ਹੋ ਜਾਣਾ। ਬਾਬਾ ਜੀ ਕਿਸਾਨ ਅੰਦੋਲਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਹੋਂਦ ਨੂੰ ਕਿਵੇਂ ਵੇਖਦੇ ਹੋ, ਕਿਵੇਂ ਉਹਨਾਂ ਦਾ? ਜੇ ਰਾਜਨੀਤਿਕ ਪਾਰਟੀਆਂ ਜੀ ਇਹ ਸਾਰੇ ਪਿੱਠੂ ਅੰਗਰੇਜ਼ ਦੇ, ਇਹ ਸਾਰੇ ਅੰਗਰੇਜ਼ ਦੇ ਪਿੱਠੂ। ਮੋਦੀ ਹੋਣੀ ਕਹਿ ਲਓ, ਪਿੱਛੇ ਬਾਦਲ ਹੋਣੀ ਕਹਿ ਲਓ, ਇਹ ਜਿੰਨੇ ਸਭ ਅੰਗਰੇਜ਼ ਦੇ ਪਿੱਠੂ ਸਹੀ ਮਜੀਠੀ ਹੋਣੀ, ਇਹ ਕੋਈ ਇਹਦੀ ਲੁਕਣ ਵਾਲੀ ਗੱਲ ਨਹੀਂ ਕਿ ਨਾਂ ਲਿਖਾਉਣ ਵਾਲੀ ਗੱਲ ਹੈ ਕੋਈ। ਅਤੇ ਹੁਣ ਜਿਵੇਂ ਸੰਘਰਸ਼ ਦੀ ਵੀਰੇ ਆਪਾਂ ਗੱਲ ਕਰਦੇ ਹਾਂ, ਸ਼ਹਾਦਤਾਂ ਹੁੰਦੀਆਂ, 29 ਤਰੀਕ ਤੱਕ ਸਥਗਿਤ ਕੀਤਾ ਗਿਆ ਕਿਸਾਨ ਆਗੂਆਂ ਦੇ ਵੱਲੋਂ, ਜੋਸ਼ ਮੱਠਾ ਪੈਂਦਾ ਤਾਂ ਨਹੀਂ ਨਜ਼ਰ ਆਉਂਦਾ ਕਿਤੇ? ਦੇਖੋ ਬਾਈ, ਜਿਹੜੇ ਸੰਘਰਸ਼ ਨੇ, ਹੁਣ ਮੈਂ ਪਹਿਲਾਂ ਵੀ ਗੱਲ ਕਰੀ ਆ ਵੀ ਹੁਣ ਉਹਨਾਂ ਨੂੰ ਵੀ ਸਾਹਮਣੇ, ਆਪਾਂ ਨੂੰ ਵੀ ਸਾਹਮਣੇ ਆ। ਜੇ ਹੁਣ ਕੁਰਬਾਨੀ ਚਾਹੇ ਆਪਾਂ ਨੂੰ 100 ਬੰਦੇ ਦੀ ਕੁਰਬਾਨੀ ਨਾ ਦੇਣੀ ਪੈ ਜੇ, ਜਿੱਡੀ ਆਪਣੀ ਲੜਾਈ ਆ, ਜੇ ਇੱਥੋਂ ਆਪਾਂ ਬੈਕ 'ਤੇ ਜਾਂਦੇ ਹਾਂ, ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਕੀ ਹੋਣਾ। ਉਦੋਂ ਬਾਅਦ ਵੀ ਐਨ ਪੂਰਨ ਤੌਰ 'ਤੇ ਗੁਲਾਮੀ ਗਲ ਪੈਣੀ ਆ, ਠੀਕ ਆ ਨਾ। ਜੋ ਇੱਥੋਂ ਹਾਰ ਕੇ ਚਲੇ ਗਏ ਪੰਜਾਬ ਦੀਆਂ ਜ਼ਮੀਨਾਂ 'ਤੇ ਤਾਂ ਇਹਨਾਂ ਨੇ ਉੱਦਾਂ ਹੀ ਕਬਜ਼ੇ ਕਰ ਲੈਣੇ ਆ, ਠੀਕ ਆ ਨਾ। ਵੀ ਇਹ ਤਾਂ ਸਾਰਾ ਕੁਝ ਸਾਹਮਣੇ ਦੇਖ ਹੀ ਰਿਹਾ, ਜੇ ਇੱਥੋਂ ਆਪਾਂ ਮਗਰ ਜਾਵਾਂਗੇ, ਹੁਣ ਇੱਕ ਧਰੇ ਬਣ ਖੜੇ ਹਾਂ, ਜੇ ਮਗਰ ਜਾਵਾਂਗੇ ਤਾਂ ਆਪਣੇ ਫਿਰ ਨਾਲ ਉਹੀ ਹੋਊ। ਜੇ ਆਪਾਂ ਤਕੜੇ ਰਹਾਂਗੇ ਤਾਂ ਫਿਰ ਆਪਾਂ ਉਹਨੂੰ ਝੁਕਾ ਲਾਂਗੇ, ਤਾਂ ਆਪਾਂ ਆਪਦਾ ਪੰਜਾਬ ਬਚਾ ਲਾਂਗੇ, ਪੰਜਾਬ ਦਾ ਵੀ ਭਾਰਤ ਦੀ ਵੀ ਲੜਾਈ ਆਪਾਂ ਪੂਰੀ ਲੜ ਰਹੇ ਹਾਂ ਨਾ। ਜੀ ਬਿਲਕੁਲ ਵੀਰੇ, ਇੱਕ ਹੋਕਾ ਦਿੱਤਾ ਗਿਆ ਸੀ ਪਿਛਲੇ ਅੰਦੋਲਨ ਦੇ ਵਿੱਚ ਕਿ ਇਹ ਲੜਾਈ ਫਸਲਾਂ ਦੀ ਨਹੀਂ ਨਸਲਾਂ ਦੀ ਹੈ। ਸੱਚ ਹੈ ਗੱਲ? ਸੱਚ ਆ ਬਈ, ਪੂਰਨ ਤੌਰ 'ਤੇ ਸੱਚ ਆ। ਇਹ ਉਦੋਂ ਵੀ ਦੀਪ ਸਿੱਧੂ ਨੇ ਬਹੁਤ ਰੌਲਾ ਪਾਇਆ ਨਾ, ਚੱਲ ਕੁਝ ਜਥੇਬੰਦੀਆਂ ਦਾ ਇਹ ਸੀ ਸੁਨੇਹਾ ਨੂੰ ਕਦੇ ਕਹਿਣਾ ਵੀ ਤੂੰ ਗਦਾਰ ਆ, ਜੇ ਆ, ਵੋ ਆ, ਪਰ ਉਹ ਗੱਲ ਸੱਚ ਆ। ਇਹ ਗੱਲ ਫਸਲਾਂ ਦੀ ਨਹੀਂ ਹੈਗੀ, ਇਹ ਗੱਲ ਨਸਲਾਂ ਦੀ ਆ। ਆਪਣੀ ਨਸਲਾਂ ਦੀ ਤੱਕ ਇਹਨਾਂ ਨੇ ਇੰਨਾ ਕੁਛ ਕਰਿਆ ਪਿਆ ਵੀ ਜੜਾਂ ਵੱਢਣ ਤੱਕ। ਮੇਰਾ ਇੱਕ ਦੋਸਤ ਆ, ਉਹ ਲੁਧਿਆਣੇ ਆ ਨਾ, ਲੁਧਿਆਣੇ ਸਰਕਾਰੀ ਸਕੂਲ 'ਚ ਪੜ੍ਹਾਉਂਦਾ, ਉੱਥੇ ਆਪਣੇ ਭਈਆਂ ਦੇ ਜਵਾਕ ਪੜ੍ਹਦੇ ਨੇ ਜ਼ਿਆਦਾਤਰ, ਜਾਣੀ ਉਹਨਾਂ ਦੇ ਜਵਾਕਾਂ ਦੇ ਨਾਂ ਮੇਰੇ ਨਾਲ ਗੱਲ ਦੱਸੇ, ਕਹਿੰਦਾ ਗੁਰਿੰਦਰ ਵੀ ਆਹ ਗੱਲ ਵੀ ਐਂ ਹੋਈ ਪਈ ਆ ਸਾਡੇ ਸਕੂਲ 'ਚ, ਤਾਂ ਵੀ ਭਈਆਂ ਦੇ ਜਵਾਕ ਨੇ ਕਹਿੰਦਾ ਜਿਹੋ ਜਿਹੇ ਨਾਂ ਹੁੰਦੇ ਆ, ਰਾਮ ਸ਼ਾਮ ਜੇ ਉਹ ਇਹਨਾਂ ਦਾ ਹੁੰਦਾ ਨਾ, ਵੀ ਉਹਨਾਂ ਦੇ ਨਾਂ ਵੀ ਸੋਡੇ ਵਾਲੇ ਰੱਖੇ ਹੋਏ ਨੇ, ਕਹਿੰਦਾ ਕਰਤਾਰ ਸਿੰਘ ਚੀਮਾ ਹੈ ਨਾ, ਰਵਿੰਦਰ ਸਿੰਘ ਗਰੇਵਾਲ। ਵੀ ਮੈਂ ਉਹਨਾਂ ਨੂੰ ਪੁੱਛਿਆ, ਕਹਿੰਦਾ ਸਾਡੇ ਪਾਪਾ ਨੇ ਕਹਿੰਦਾ ਵੀ ਲਿਖਾਤਾ, ਵੀ ਦੇਖੋ ਇੱਥੇ ਤੱਕ ਤਾਂ ਆਪਣੀਆਂ ਜੜਾਂ ਵੱਢਣ ਤੱਕ ਚ ਗਏ ਉਹਨੇ, ਉਹ ਕਹਿੰਦਾ ਪੰਜਾਬ ਸਾਡਾ, ਅਸੀਂ ਖੜੇ ਹਾਂ, ਵੀ ਤੁਸੀਂ ਕੌਣ ਹੋ ਨਾ। ਵੀ ਆਉਣ ਵਾਲੇ ਵਾਰਸ ਜਾਣੀ ਉਹ ਆਪਦੇ ਆਪ ਦੇ ਦਾਅਵੇਦਾਰ ਆਪ ਬਣ ਰਹੇ ਨੇ, ਹੈ ਨਾ। ਵੀ ਜਿੱਦ ਨੂੰ ਮਰਜ਼ੀ ਦੇਖ ਲਓ, ਪਰ ਆਪਾਂ ਨੂੰ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੂੰ ਉਹ ਇੱਕ ਸਾਈਡ ਕਰਕੇ ਆਪਾਂ ਨੂੰ ਆਪਦਾ ਪੰਜਾਬ ਬਚਾਉਣ ਲਈ ਤਕੜੇ ਹੋ ਕੇ ਲੜਨਾ ਪੈਣਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਦੀ ਦਿਸ਼ਾ ਨੂੰ ਕਿਵੇਂ ਵੇਖਦੇ ਹੋ, ਕੀ ਰਣਨੀਤੀ ਰਹੇਗੀ? ਰਣਨੀਤੀ ਜੀ, ਆਉਣ ਵਾਲੇ ਦਿਨਾਂ 'ਚ ਸਾਰੀਆਂ ਫੋਰਮਾਂ ਇੱਕ ਮੰਚ 'ਤੇ, ਉਮੀਦ ਆ ਜਿੱਥੇ ਤੱਕ ਵੀ ਇੱਕ ਮੰਚ 'ਤੇ ਇਕੱਠਾ ਹੋਣਾ ਹੀ ਪੈਣਾ, ਠੀਕ ਆ। ਭਾਈ ਭਾਈ ਇੱਕ ਦੂਜੇ ਦਾ ਨਹੀਂ ਹੁੰਦੀ, ਪਰ ਜਦੋਂ ਇੱਕ ਭਾਈ 'ਤੇ ਦੂਜੇ ਭਾਈ 'ਤੇ ਭੀੜ ਪੈਂਦੀ ਆ, ਦੂਆ ਡਾਂਗ ਲੈ ਕੇ ਖੜਦਾ, ਅਤੇ ਉਹਨਾਂ ਨੂੰ ਖੜਨਾ ਪੈਣਾ, ਉਹਨਾਂ ਨੂੰ ਆਉਣਾ ਪੈਣਾ, ਠੀਕ ਆ। ਆਪਾਂ ਉਹਨਾਂ ਦਾ ਕਿਸੇ ਦਾ ਵਿਰੋਧ ਨਹੀਂ ਕਰਦੇ, ਠੀਕ ਆ, ਚੱਲ ਆਪਦੇ ਹੈਗੇ ਆ, ਥੋੜ੍ਹੀ ਗਲੇ ਸ਼ਿਕਵੇ ਹੁੰਦੇ ਆਪਸ ਮੇਂ ਹੋ ਜਾਂਦੇ ਆ, ਪਰ ਉਹਨਾਂ ਨੂੰ ਆ ਕੇ ਖੜਨਾ ਹੀ ਪੈਣਾ, ਠੀਕ ਆ ਨਾ। ਮੋਰਚਾ ਤਾਂ ਸਿਰ ਮੰਗਦਾ ਹੁੰਦਾ, ਪਹਿਲੇ ਦਿਨ ਸਿਰ ਮੰਗਦਾ, ਮੋਰਚੇ ਸਿਰ ਮੰਗਣ ਤੋਂ ਬਿਨਾਂ ਮੋਰਚੇ ਨਹੀਂ ਚੱਲਦੇ। ਆਪਾਂ ਕਹਿੰਦੇ ਸ਼ਾਂਤਮਈ ਬੈਠੇ ਹਾਂ, ਵੀ ਆਪਣਾ ਵੀ ਬਿਨਾਂ ਸ਼ਹੀਦੀਆਂ ਤੋਂ ਆਪਾਂ ਮੋਰਚੇ ਜਿੱਤ ਲਾਂਗੇ, ਨਹੀਂ ਜਿੱਤੇ ਜਾਂਦੇ। ਜਿੰਨੇ ਅੱਜ ਤੱਕ ਦੇ ਇਤਿਹਾਸ ਦੇ ਜਿੰਨੇ ਮੋਰਚੇ ਹੋਏ ਆ, ਉੱਥੇ ਪਤਾ ਨਹੀਂ ਕਿੰਨੇ ਕਿੰਨੇ ਸਿਰ ਲੱਗੇ ਨੇ,
ਉਹ ਸਿਰ ਲੱਗ ਕੇ ਹੀ ਮੋਰਚੇ ਫਤਿਹ ਹੁੰਦੇ ਨੇ। ਇਸ ਵਾਰ ਵੀ ਇਹ ਮੋਰਚਾ ਫਤਿਹ ਹੋਊਗਾ। ਇਹ ਮੋਰਚਾ ਇਹ ਆਖਰੀ ਜੰਗ ਆ। ਇਦੂ ਬਾਅਦ ਜੰਗ ਜਿੱਥੇ ਤੱਕ ਮੈਂ ਸੋਚਦਾ ਇਦੂ ਬਾਅਦ ਜੰਗ ਨਹੀਂ ਲੱਗਣੀ। ਸੱਤਿਆਪਾਲ ਮਲਿਕ ਬੜਾ ਦਿੰਦੇ ਨੇ, ਹਰ ਵਾਰ ਕਿਸੇ ਨਾ ਕਿਸੇ ਕੋਲੋਂ ਟੋਕਦੇ ਨੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ, ਕਿਤਨਾ ਸਮਝ ਵੀ ਰੱਖਦੇ ਨੇ। ਕਿਸਾਨ ਅੰਦੋਲਨ ਨੂੰ ਲੈ ਕੇ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਦਾ ਹੱਕ ਆ ਦਿੱਲੀ ਜਾਣ ਦਾ, ਇਹਨਾਂ ਨੂੰ ਜਾਣ ਦਿਓ, ਕਿਉਂ ਰੋਕ ਰਹੇ ਹੋ? ਦੂਜੇ ਪਾਸੇ ਉਹਨਾਂ ਦੇ ਘਰ ਵੀ ਜਿਹੜੇ ED ਦੇ ਛਾਪੇ, CBI ਦੇ ਛਾਪੇ ਪੈ ਰਹੇ ਨੇ, ਕਿਵੇਂ? ਦੇਖੋ ਜੀ, ਜੋ ਵੀ ਸਰਕਾਰ ਦੇ ਵਿਰੁੱਧ ਕੋਈ ਵੀ ਆ ਵਿਅਕਤੀ ਕੋਈ ਵੀ ਬੋਲੂਗਾ ਉਹਦੇ ਨਾਲ ਇੱਦਾਂ ਹੀ ਹੋਣਾ ਨਾ। ED ਦੇ ਛਾਪੇ ਵੀ ਪੈਣਗੇ, ਜੇਲ੍ਹਾਂ 'ਚ ਵੀ ਡੱਕੇ ਜਾਣਗੇ, ਤਸ਼ੱਦਤ ਵੀ ਹੋਊਗਾ, ਪਤਾ ਕੀ ਪਤਾ ਵੀ ਜਾਨ ਵੀ ਦੇਣੀ ਪੈ ਜਾਵੇ ਨਾ। ਵੀ ਜੋ ਸਰਕਾਰ ਆ ਇਹ ਤਾਂ ਹੁਣ ਜਮਾਂ ਹੀ ਗੋਰਿਆਂ ਤੋਂ ਵੀ ਗਾਂਹ ਚਲੀ ਗਈ। ਜੋ ਅੰਗਰੇਜ਼ ਨਹੀਂ ਨਾ ਕਰ ਸਕੇ ਸੀ, ਇਹ ਉਦੋਂ ਗਾਂਹ ਕਰ ਰਹੇ ਨੇ। ਬਿਲਕੁਲ, ਜੇਲ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਮੋਰਚਿਆਂ ਦੇ ਵਿੱਚ ਆ ਵੀਰ ਵੱਲੋਂ ਵੀ ਹਰ ਵਾਰੀ ਹਾਮੀ ਜਿਹੜੀ ਆ ਆਵਾਜ਼ ਚੱਕੀ ਜਾਂਦੀ ਰਹੀ ਹੈ, ਅਤੇ ਜੇਲ੍ਹ ਵੀ ਬਾਈ ਨੇ ਕੱਟੀ ਹੈ। ਗੱਲਬਾਤ ਕਰਦੇ ਹਾਂ ਵੀਰੇ, ਕਿਵੇਂ ਵੇਖਦੇ ਹੋ ਮੋਰਚੇ ਦੇ ਮਾਹੌਲ ਨੂੰ? ਹਾਂਜੀ, ਮੋਰਚੇ ਦਾ ਮਾਹੌਲ ਪੂਰਾ ਚੜ੍ਹਦੀ ਕਲਾ 'ਚ ਆ ਬਈ, ਅਤੇ ਅੱਗੇ ਜਿਵੇਂ ਹੁਣ ਰਣਨੀਤੀ ਤਿਆਰ ਹੋਊਗੀ ਉਸ ਹਿਸਾਬ ਨਾਲ ਅੱਗੇ ਦਿੱਲੀ ਵੱਲ ਕੂਚ ਕਰਾਂਗੇ। ਪਰ ਪਿਛਲੀ ਵਾਰੀ ਕਹਿੰਦੇ ਆ ਕਿ ਮੋਰਚੇ ਦੇ ਵਿੱਚੋਂ ਹੀ ਚੱਕ ਕੇ ਲੈ ਗਈ ਸੀ ਪੁਲਿਸ, ਅਤੇ ਜੇਲ੍ਹ ਵੀ ਕੱਟਣੀ ਪਈ ਹੈ, ਡਰ ਤਾਂ ਨਹੀਂ ਕਿਤੇ? ਨਾ ਨਾ ਬਾਈ, ਡਰ ਨਹੀਂ ਹੈ, ਪੂਰੀ ਚੜ੍ਹਦੀ ਕਲਾਂ 'ਚ ਹੀ ਡਰ ਕਾਹਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਹੀ ਡਰ ਨਹੀਂ ਹੈਗਾ ਆਪਣੇ ਕੋਲ ਪੂਰਾ। ਅਤੇ ਜਿਵੇਂ ਖਨੌਰੀ ਬਾਰਡਰ ਦੇ ਉੱਤੇ ਘਟਨਾ ਵਾਪਰੀ ਹੈ, ਜਾਂ ਬਜ਼ੁਰਗ ਵੀ ਜਾ ਰਹੇ ਆ ਆਪਣੀਆਂ ਮੋਰਚੇ ਦੇ ਲੇਖੇ ਲੱਗ ਰਹੇ ਆ, ਸ਼ਹਾਦਤਾਂ ਦੇ ਰਹੇ ਨੇ, ਜੋਸ਼ ਮੱਠਾ ਤਾਂ ਨਹੀਂ ਪੈਂਦਾ? ਕਿਉਂਕਿ ਨੌਜਵਾਨਾਂ ਦੀ ਗਿਣਤੀ ਕਿਤੇ ਨਾ ਕਿਤੇ ਘੱਟ ਵੀ ਦਿਖ ਰਹੀ ਆ ਹੁਣ ਪਹਿਲਾਂ ਨਾਲੋਂ। ਹਾਂਜੀ ਬਿਲਕੁਲ, ਉਹ ਚਲੋ ਘਟਨਾਵਾਂ ਹੋਈਆਂ ਜਿਹੜੀਆਂ ਸਾਡੇ ਬਜ਼ੁਰਗ ਨੇ ਜਾਂ ਵੀਰ ਸੀ ਸ਼ੁਭ ਕਰਨ ਜਿਹੜਾ ਆਪਣਾ ਸ਼ਹੀਦ ਹੋ ਗਿਆ ਨਾ, ਅਤੇ ਜੋਸ਼ ਤਾਂ ਨਹੀਂ ਮੱਠਾ ਹੋਇਆ, ਜੋਸ਼ ਤਾਂ ਚਲੋ ਹੋਰ ਚੜ੍ਹਦੀ ਕਲਾ 'ਚ ਆ, ਪਰ ਦੁੱਖ ਵੀ ਹੈ। ਪਰ ਸਰਕਾਰ ਦੀ ਗਲਤ ਨੀਤੀ ਹੈ, ਕਿਉਂਕਿ ਨਿਹੱਥਿਆਂ ਦੇ ਉੱਤੇ ਸਰਕਾਰ ਨੇ ਗੋਲੀ ਚਲਾਈ ਹੈ ਨਾ। ਇੱਕ ਨਿਹੱਥੇ ਆਪਾਂ ਆਪਣੇ ਹੱਕ ਲੈਣ ਦੇ ਲਈ ਅੱਗੇ ਵੱਧ ਰਹੇ ਸੀ, ਤਾਂ ਉਹਨੇ ਗੋਲੀ ਚਲਾ ਕੇ ਉਹਦੇ ਉੱਤੇ, ਬਹੁਤ ਮੰਗਭਾਦੀ ਘਟਨਾ ਹੈ, ਮੰਦਭਾਗੀ ਘਟਨਾ, ਡਿਕਟੇਟਰਸ਼ਿਪ ਦਿਖਾ ਰਿਹਾ, ਮੋਦੀ ਹਿਟਲਰ ਦੀ ਰਾਹ 'ਤੇ ਚੱਲ ਰਿਹਾ। ਚਲੋ ਕੋਈ ਨਹੀਂ, ਮੋੜਾਂਗੇ ਨੱਕਾ ਇਹਦਾ ਵੀ। ਜੋ ਨੌਜਵਾਨਾਂ ਦਾ ਨਾ ਉਤਸ਼ਾਹ ਦੇ ਉਤਸ਼ਾਹ ਨਹੀਂ ਬਾਈ ਜੀ, ਉਹਦਾ ਗੱਲ ਆਇਆ ਵੀ ਥੋੜ੍ਹੀ ਜਿਹੀ ਆਗੂਆਂ ਅਤੇ ਨੌਜਵਾਨਾਂ ਦੇ ਵਿੱਚ ਨਾ ਥੋੜ੍ਹਾ ਜਿਹਾ ਸਪੇਸ ਰਹੀ ਆ। ਉਹ ਕਹਿੰਦੇ ਸੀ ਵੀ ਅਸੀਂ ਅੱਜ ਹੀ ਦਿੱਲੀ ਜਾਣਾ, ਅਤੇ ਉੱਧਰੋਂ ਆਪਣਾ ਜਾਣੂ ਨੌਜਵਾਨ ਇੱਕ ਸ਼ਹੀਦ ਹੋ ਗਿਆ, ਅਤੇ ਇਹ ਕਹਿੰਦੇ ਸੀ ਆਪਾਂ ਹੁੰਦਾ ਹੀ ਆ, ਆਪਣਾ ਭਰਾ ਮਰ ਜੇ ਆਪਾਂ ਨੂੰ ਹੁੰਦਾ ਹੀ ਆ ਵੀ ਆਪਾਂ ਵੀ ਨਾਲ ਹੀ ਕੱਢਾਂਗੇ। ਆਪਣੇ ਆਗੂ ਨੂੰ ਆਇਆ ਵੀ ਆਪਾਂ ਹੋਰ ਨਾ ਨੁਕਸਾਨ ਆਪਣਾ ਵੀ ਹੋਵੇ, ਵੀ ਉਹਦੇ ਕਰਕੇ ਆਪਾਂ ਨੂੰ ਉਹਦਾ ਥੋੜ੍ਹਾ ਜਿਹਾ ਵੀ ਮੋਰਚੇ ਨੂੰ ਆਪਾਂ ਹੋਰ ਰਣਨੀਤੀ ਬਦਲੀਏ, ਵੀ ਇਹ ਗੱਲਾਂ ਕਰਕੇ ਥੋੜ੍ਹਾ ਨੌਜਵਾਨੀ 'ਚ ਵੀ ਇਹ ਥੋੜ੍ਹਾ ਜਿਹਾ ਵੀ ਐਂ ਗੁੱਸਾ ਲਾ ਲਓ ਚਾਹੇ ਕੁਛ ਮਰਜ਼ੀ ਲਾ ਲਓ, ਵੀ ਥੋੜ੍ਹਾ ਉਹਨਾਂ ਨੂੰ ਲੱਗਿਆ, ਠੀਕ ਹੈ ਨਾ। ਬਟ ਕੋਈ ਨਾ, ਜਦੋਂ ਹੁਣ ਫਿਰ ਅਗਲੀ ਵੇਅ ਨੂੰ ਜਦੋਂ ਇੱਥੋਂ ਕਾਲ ਦਿੱਤੀ ਜਾਊਗੀ, ਉਰੇ ਉਤਸ਼ਾਹ ਉਦੋਂ ਵੀ ਜ਼ਿਆਦਾ ਇੱਥੇ ਮਿਲੂਗਾ, ਪੂਰਾ ਭਰਮਾ ਹੰਗਾਰਾ ਮਿਲੂਗਾ। ਇੱਕ ਜਾਂਦੇ ਜਾਂਦੇ ਮੇਰਾ ਇੱਕ ਸਵਾਲ ਹੈ ਕਿ ਜਦੋਂ ਸ਼ੰਭੂ ਸਿੰਘੂ ਬਾਰਡਰ 'ਤੇ ਬੈਠੇ ਸੀਗੇ ਸਾਰੇ ਆਪਣੇ ਕਿਸਾਨ ਜਥੇਬੰਦੀਆਂ, ਮੋਰਚਾ ਲੱਗ ਗਿਆ ਪੱਕਾ, ਗਾਇਕਾਂ ਵੱਲੋਂ ਵੀ ਸਮਰਥਨ ਕੀਤਾ ਗਿਆ, ਗਾਇਕ ਰੋਜ਼ ਕੋਈ ਨਾ ਕੋਈ ਹਾਜ਼ਰੀ ਭਰਨ ਆਉਂਦਾ ਸੀ, ਅਤੇ ਇਸ ਵਾਰੀ ਮੋਰਚੇ ਦੇ ਉੱਤੇ ਕਿਵੇਂ ਵੇਖਦੇ ਹੋ? ਨਹੀਂ, ਇਸ ਵਾਰ ਹਜੇ ਮੈਂ ਤੁਹਾਨੂੰ ਦੱਸਿਆ ਨਾ, ਉਦੋਂ ਹਜੇ ਪੰਜਾਬ 'ਚ ਇੰਨੀ ਕੁ ਅੱਗ ਬਲਦੀ ਸੀਗੀ ਵੀ 3 ਮਹੀਨੇ ਤਾਂ ਆਪਾਂ ਟੂਲ ਬੰਦ ਰੱਖੇ। ਹਾਂਜੀ, ਫਿਰ ਸ਼ੰਭੂ ਬਾਰਡਰ ਦੇ ਉੱਤੇ ਬਾਈ ਦੀਪ ਸਿੱਧੂ ਆ ਕੇ ਬਹਿ ਗਿਆ, ਵੀ ਜਾਣੂ ਵੀ ਹੌਲੀ ਹੌਲੀ ਅੱਗ ਮਗਦੀ 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 ਵੀ ਉੱਥੇ ਤੱਕ ਚਲੀ ਗਈ। ਹਜੇ ਆਪਾਂ ਨੂੰ ਦਿਨ ਇੱਥੇ ਹੋਏ ਨੇ 15 ਦਿਨ ਹੋ ਗਏ ਜੀ, 15 ਦਿਨ ਹੋਏ ਨੇ, ਤੁਸੀਂ 15 ਕੁ ਦਿਨ ਹੋਰ ਦੇਖੋ ਇੱਥੇ ਬਣਦਾ ਕੀ ਆ, ਠੀਕ ਆ। ਸਿੰਗਰਾਂ ਦੇ ਥੋੜ੍ਹਾ ਜਿਹਾ ਇਹਨਾਂ ਨੇ ਮਗਲੇ ਅੰਦੋਲਨ 'ਚ ਦਬਾਅ ਵੀ ਪਾਇਆ ਵੀ ਉਹਨਾਂ 'ਤੇ ਪਰਚੇ ਵੀ ਕਰੇ, ਹੈ ਨਾ, ED ਦੇ ਛਾਪੇ ਵੀ ਮਰਵਾਏ, ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ, ਠੀਕ ਆ ਨਾ।
ਉਹਨਾਂ ਦੇ ਵੀ ਮਨਾਂ 'ਚ ਥੋੜ੍ਹਾ ਮੋਟਾ ਵੀ ਐਂ ਲੱਗਿਆ ਵੀ ਉਹਨਾਂ ਨੇ ਯਾਰ ਸਾਡੇ ਨਾਲ ਕੋਈ ਖੜਿਆ ਨਹੀਂ, ਦੇਖੋ ਜੀ ਆਪਣੇ ਗੁਰੂ ਮਹਾਰਾਜ ਸਾਰਿਆਂ ਲੜੇ ਨੇ ਚਾਰੇ ਪੁੱਤ ਵਾਰ ਅਤੇ ਉਹਨਾਂ ਨੇ ਆਪਾਂ ਨੂੰ ਕਦੇ ਕਿਹਾ ਵੀ ਸਾਡੇ ਲਈ ਤੁਸੀਂ ਖੜੇ ਨਹੀਂ। ਇਹ ਤਾਂ ਜੇ ਅੱਜ ਮੈਨੂੰ ਪਤਾ ਵੀ ਆਪਾਂ ਸੱਚ ਦੀ ਲੜਾਈ ਲੜਨੀ ਆ ਤਾਂ ਲੜਨੀ ਆ, ਜੇ ਹੁਣ ਆਪਣੇ ਦੇ ਪਰਚੇ ਹੋਣਗੇ ਤਾਂ ਇਹ ਗੱਲਾਂ ਮੇਰੇ ਹਿਸਾਬ ਨਾਲ ਨਹੀਂ, ਵੀ ਇਹ ਗੱਲਾਂ ਕਹਿਣ ਵਾਲੀਆਂ ਵੀ ਮੈਂ ਕਿਸੇ ਨੂੰ ਲਾਂਭਾ ਦੇ ਦਾਂ ਜਾਂ ਮੈਂ ਪੰਥ ਨੂੰ ਲਾਂਭਾ ਦੇ ਦਾਂ ਜਾਂ ਕਿਸਾਨ ਆਗੂਆਂ ਨੂੰ ਲਾਂਭਾ ਦੇ ਦਾਂ, ਇਹ ਤਾਂ ਮੈਂ ਆਪ ਸਮਰੱਥ ਹੋਣਾ ਚਾਹੀਦਾ ਉੱਥੇ ਤੱਕ ਵੀ ਮੈਂ ਆਪਦੇ 'ਤੇ ਮੈਂ ਝੱਲਣ ਯੋਗ ਹੈ ਕਿ ਨਹੀਂ ਹੈ, ਫਿਰ ਰਣ ਤੱਤੇ 'ਚ ਕੁੱਦੋ, ਠੀਕ ਆ ਨਾ। ਜੇ ਮਰਨ ਲਈ ਤਿਆਰ ਹੋ, ਲੜਨ ਲਈ ਤਿਆਰ ਹੋ ਤਾਂ ਰਣ ਤੱਤੇ 'ਚ ਤਾਂ ਆਓ, ਉੱਦਾਂ ਬਿਨਾਂ ਸੋਚੇ ਨਾ ਆ ਜਾਓ ਵੀ ਹਾਂ ਵੀ ਇੱਕ ਮੋਰਚਾ ਲੱਗਿਆ, ਮੇਲਾ ਲੱਗਿਆ, ਮੇਲਾ ਮੁੱਲਾ ਕੋਈ ਨਹੀਂ ਬਾਈ, ਬਰਾਬਰ ਦੀ ਧਰਬਣੀ ਖੜ੍ਹੇ ਆ, ਇਹ ਇੱਕ ਜੰਗ ਦਾ ਮੈਦਾਨ ਆ, ਇਹ ਜੰਗ ਦਾ ਮੈਦਾਨ ਆ, ਕਿਤੇ ਆਮ ਨਾ ਉੱਦਾਂ ਕੋਈ ਐਵੇਂ ਸਮਝ ਲੈਣ ਵੀ ਹਾਂ ਵੀ ਟਰਾਲੀਆਂ ਖੜ੍ਹੀਆਂ, ਕਿਸਾਨ ਨੇ ਲੰਗਰ ਪਕਾਈ ਜਾਂਦੇ ਆ, ਖਾਈ ਜਾਂਦੇ ਆ, ਇਹ ਤਾਂ ਹੁਣ ਇੱਕ ਸਿੱਧੀ ਜੰਗ ਲੱਗੀ ਹੋਈ ਆਪਣੀ ਉਹਨਾਂ ਨਾਲ, ਠੀਕ ਆ ਨਾ। ਇਹ ਤਾਂ ਚੱਲਦਾ ਰਹਿੰਦਾ ਸਾਰਾ ਕੁਛ, ਕੋਈ ਨਾ ਆਉਣ ਵਾਲੇ ਟਾਈਮ 'ਚ ਸਾਰਾ ਕੁਛ ਚੜ੍ਹਦੀ ਗੱਲ ਆ ਜਾਊਗਾ ਜੀ। ਬਹੁਤ ਬਹੁਤ ਧੰਨਵਾਦ ਅਤੇ ਨੌਜਵਾਨ ਕਹਿੰਦੇ ਨੇ ਕਿ ਸਾਡਾ ਜੋਸ਼ ਕੋਈ ਮੱਠਾ ਨਹੀਂ ਪਿਆ, ਪਰ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀ ਕਾਲ ਵੀ ਉਡੀਕੀ ਜਾ ਰਹੀ ਆ। ਬੇਸ਼ੱਕ ਨੌਜਵਾਨ ਜਿਹੜਾ ਸ਼ੁਭਕਰਨ ਸਿੰਘ ਆ ਉਸ ਦੀ ਮੌਤ ਹੁੰਦੀ ਆ, ਉੱਧਰ ਵੀ ਜ਼ਿੰਮੇਵਾਰੀਆਂ ਨਿਭਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੱਤਪਰ ਨੇ, ਉਹਨਾਂ ਦੇ ਪਰਿਵਾਰ ਦੇ ਨਾਲ ਵਾਰਤਾਲਾਪ ਦੇ ਵਿੱਚ ਨੇ। ਦੂਜੇ ਪਾਸੇ ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ, ਪਰ ਹੁਣ ਜਿਹੜਾ 29 ਤਰੀਕ ਦੀ ਇੱਕ ਕਾਲ ਦੀ ਉਡੀਕ ਹੈ ਕਿ ਕੀ ਕਿਸਾਨ ਆਗੂ ਅਗਲਾ ਹੋਕਾ ਦਿੰਦੇ ਨੇ, ਪਰ ਨੌਜਵਾਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਤਾਂ ਦਿੱਲੀ ਜਾ ਕੇ ਹੀ ਸਾਹ ਲਵਾਂਗੇ। ਬਾਕੀ ਰਹੀ ਗੱਲ ਮੰਗਾਂ ਦੀ, ਤਾਂ ਜਦੋਂ ਇੰਨਾ ਤਗੜਾ ਸੰਘਰਸ਼ ਹੋਵੇ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਝੁਕਣਾ ਹੀ ਪੈਂਦਾ। ਕੈਮਰਾਮੈਨ ਪ੍ਰਵੀਨ ਦੇ ਨਾਲ ਗਗਨਦੀਪ ਸਿੰਘ, ਸਕਾਈ ਨਿਊਜ਼, ਸ਼ੰਭੂ ਬਾਰਡਰ।